ਵਾਪਸ ਹੀ ਜਾਣਾ ਜਿੰਨਾ ਚਿਰ ਤੱਕ ਸਾਨੂੰ ਅੱਗੇ ਦਾ ਰਸਤਾ ਨਹੀਂ ਦਿੱਤਾ ਜਾਂਦਾ। ਬੇਸ਼ੱਕ ਸਾਨੂੰ ਇੱਥੇ ਬਹਿ ਕੇ ਅਸੀਂ ਧਰਨੇ ਦਿੱਲੀ 'ਚ ਵੀ ਲਾਉਣੇ ਨੇ, ਉਹ ਧਰਨਾ ਅਸੀਂ ਕਿਤੇ ਵੀ ਲਾਉਣਾ ਰੋਡ 'ਤੇ, ਅੱਜ ਇਸ ਰੋਡ 'ਤੇ ਸਾਡਾ ਧਰਨਾ ਰਹੇਗਾ। ਜਿੰਨਾ ਚਿਰ ਤੱਕ ਸਾਨੂੰ ਨਾਨਕ ਮੱਤਾ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਅਸੀਂ ਜਾ ਕੇ ਉੱਥੇ ਆਪਣਾ ਹਿਸਾਬ ਨਹੀਂ ਪੁੱਛ ਸਕਦੇ। ਅੱਜ ਕਾਰ ਸੇਵਾ ਵਾਲੇ ਜਿਹੜੇ ਨੇ ਘਰੋਂ ਘਰੋਂ ਬੋਰੀਆਂ 'ਤੇ ਅਗਰਾਹੀ ਇਕੱਠੀ ਕਰਦੇ ਨੇ। ਅੱਜ ਕਿਸੇ ਕਿਸਾਨ ਦੇ ਕੋਲ ਇੰਨਾ ਦਮ ਨਹੀਂ ਗਾ ਵੀ ਆਪਣੇ ਘਰ ਵਾਲੀ ਨੂੰ ਇੱਕ ਚੂੜੀ ਬਣਾ ਕੇ ਦੇ ਸਕੇ, ਲੇਕਿਨ ਸਾਡੀ ਕਾਰ ਸੇਵਾ ਦੇ ਨਾਲ ਕੀਤੀ ਹੋਈ ਅਗਰਾਹੀ ਦੇ ਨਾਲ ਇੱਕ ਬਾਬਾ ਉੱਠ ਕੇ ਜਿਹੜਾ ਉਦੋਂ ਮੁੱਖ ਮੰਤਰੀ ਨੂੰ ਇੱਕ ਸੋਨੇ ਦਾ ਮੁਕਟ ਪਹਿਨਾ ਦਿੰਦਾ, ਚਾਂਦੀ ਦਾ ਮੁਕਟ ਪਵਾ ਦਿੰਦਾ, ਇਹ ਉਹਦੀ ਕੋਈ ਆਪਣੀ ਜਾਇਦਾਦ ਨਹੀਂ ਹੈਗੀ। ਮੈਂ ਸਾਰੀ ਬੇਨਤੀ ਕਰਦਾ ਪੂਰੀ ਸੰਗਤ ਦੇ ਅੱਗੇ, ਦੇਸ਼ਾਂ ਅਤੇ ਵਿਦੇਸ਼ਾਂ ਦੀ ਸੰਗਤ ਸਾਡੇ ਨਾਲ ਜੁੜੀ ਹੋਈ ਹੈ। ਕੱਲ੍ਹ ਮੈਨੂੰ ਸਾਰੇ ਕੈਨੇਡਾ ਤੋਂ, ਅਮਰੀਕਾ ਤੋਂ, ਹਰ ਜਗ੍ਹਾ ਤੋਂ ਫੋਨ ਆਏ ਸਨ, ਇਹ ਜਿਹੜੀ ਲਾਈਵ ਸਾਡੀ ਚੱਲਣ ਡਈ ਹੈ ਇਹ ਹਰ ਜਗ੍ਹਾ 'ਤੇ ਜਾਏਗੀ। ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਵੀ ਅੱਜ ਅਸੀਂ ਇੱਥੇ ਬੈਠੇ ਹਾਂ, ਬਾਹਰੋਂ ਕੋਈ ਨਹੀਂ ਆ ਸਕਦਾ, ਲੇਕਿਨ ਜਿਹੜਾ ਵੀ ਸਾਡੇ ਮਝੋਲਾ ਔਰ ਖਟੀਮਾ ਦੇ ਵਿੱਚ ਜਿਹੜੇ ਟੋਲ ਬੈਰੀਅਰ 'ਤੇ ਅਸੀਂ ਬੈਠੇ ਹਾਂ, ਇੱਥੋਂ ਤੱਕ ਜਿੰਨੀ ਨੇੜੇ ਦੀ ਸੰਗਤ ਹੈ ਇਹ ਹੁੰਮ ਹੁਮਾ ਕੇ ਇੱਥੇ ਪਹੁੰਚੋ ਤਾਂ ਕਿ ਜਿਹੜਾ ਸਾਡਾ ਧਰਨਾ ਹੈ ਨਹੀਂ ਦਿੱਲੀ 'ਤੇ, ਸਾਡਾ ਧਰਨਾ ਇੱਥੇ ਚੱਲੇਗਾ ਜਿੰਨਾ ਚਿਰ ਤੱਕ ਸਾਡੇ ਨਾਨਕ ਮੱਤਾ ਸਾਹਿਬ ਜਾ ਕੇ ਅਸੀਂ ਇਹਦਾ ਬੇਅਦਬੀ ਦਾ ਹਿਸਾਬ ਨਹੀਂ ਲੈ ਲੈਂਦੇ, ਉਹਨਾਂ ਚਿਰ ਸਾਡੇ ਇੱਥੋਂ ਸੰਗਤ ਦਾ ਕੋਈ ਜੀ ਵਾਪਸ ਨਹੀਂ ਜਾਏਗਾ। ਮੈਂ ਇਲਾਕੇ ਦੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵਾਂ, ਜਿਹੜਾ ਜਿਹੜਾ ਇਹਨੂੰ ਵੇਖ ਰਿਹਾ ਅੱਗੇ ਸ਼ੇਅਰ ਜ਼ਰੂਰ ਕਰੋ, ਅਤੇ ਜਿਹੜਾ ਵੀ ਇਸ ਇਲਾਕੇ 'ਚ ਨੇੜੇ ਹੈਗਾ ਇਸ ਟੋਲ 'ਤੇ ਪਹੁੰਚੋ ਤਾਂ ਕਿ ਇਸ ਟੋਲ ਦੇ ਉੱਤੇ ਬਹਿ ਕੇ ਅਸੀਂ ਆਪਣਾ ਹੱਕ ਲੈ ਸਕੀਏ। ਹੁਣ ਸਾਨੂੰ ਆਪਣੇ ਹੱਕ ਲੈਣ ਲਈ ਜਿਹੜਾ ਹੈ ਸਵਾਏ ਧਰਨਿਆਂ ਤੋਂ, ਸਵਾਏ ਬਹਿਣ ਤੋਂ, ਉਹ ਵੀ ਸ਼ਾਂਤਮਈ ਤਰੀਕੇ ਨਾਲ, ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਗਾ। ਮੈਂ ਸਾਰੀ ਸੰਗਤ ਨੂੰ ਅੱਜ ਬੰਨ੍ਹ ਕੇ ਬੇਨਤੀ ਕਰਦਾ ਜੀ, ਜਿਹੜੇ ਦੂਰ ਵਾਲੇ ਨੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਜਿੰਨਾ ਤੁਹਾਡੇ ਜ਼ੋਰ ਲੱਗਦਾ ਉਹ ਲਾਓ, ਤਾਂ ਕਿ ਆਪਾਂ ਜਿਹੜੀ ਬੇਅਦਬੀ ਸਾਡੇ ਗੁਰੂ ਸਾਹਿਬ ਦੀ, ਸਾਡੀ ਬਾਣੀ ਦੀ ਹੋਈ ਹੈ, ਉਹ ਜਿਹੜਾ ਸਾਡਾ ਕਾਰ ਸੇਵਾ ਵਾਲੇ ਨੇ ਕੀਤਾ ਹੈ, ਇਹਦੇ ਤੋਂ ਅਸੀਂ ਕਿਵੇਂ ਇਹਦਾ ਵਿਰੋਧ ਕਰ ਸਕਦੇ ਹਾਂ, ਕਿਵੇਂ ਹਿਸਾਬ ਲੈ ਸਕਦੇ ਹਾਂ? ਇਹ ਆਪ ਜੀ ਦੇ ਹੱਥ ਵਾਸਤੇ, ਆਪ ਸਾਰੇ ਦੂਰੋਂ ਨੇੜਿਓ ਇਹਨੂੰ ਸ਼ੇਅਰ ਕਰੋ ਅੱਗੇ ਦੀ ਅੱਗੇ, ਜਿੱਥੋਂ ਤੱਕ ਤੁਸੀਂ ਸਾਥ ਦੇ ਸਕਦੇ ਦਿਓ, ਲੇਕਿਨ ਲੋਕਲ ਜਿਹੜੀ ਸੰਗਤ ਹੈ ਉਹਨਾਂ ਅੱਗੇ ਹੱਥ